ਜੈਪੀਮ ਜੈਪਾਰਤ ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਤੇ ਮੈਂ ਤੁਹਾਡੀ ਆਪਣੀ ਸੁਖਵਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਜੀ ਲੁਧਿਆਣਾ ਦੇ ਸਤਿਆਮ ਹਸਪੀਟਲ ਵਿੱਚ ਜਿੱਥੇ ਕਿ ਇੱਕ ਨੀਹਾ ਜਾਦਵ ਨਾਮ ਦੀ ਲੜਕੀ ਨੇ ਇੱਕ ਕਿਊਟ ਜੇ ਬੇਬੀ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਦਾ ਜਿਹੜਾ ਨਾਮਕਰਨ ਹੈ ਉਹ ਰਾਹੁਲ ਗਾਂਧੀ ਜੀ ਕੋਲੋਂ ਕਰਵਾਉਣਾ ਚਾਹੁੰਦੇ ਆ ਉਹ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਉਹਨਾਂ ਦੀ ਇਹ ਸੋਚ ਕਿੱਦਾਂ ਤੇ ਕਿਵੇਂ ਬਣੀ

मेरे हस्बैंड का काम है हार्डवेयर का मैम मैं भी ज्यादा बड़ी नहीं एक छोटी सी समाज सेवी हूँ तो जब समाज में कुछ अच्छा काम होता है तो उसको हम भी देखते हैं तो राहुल गांधी जी ने जो भारत जोड़ो यात्रा जो शुरू करी थी जो एक छोटे बच्चे से लेके एक बुजुर्ग तक एक गरीब से लेके एक अमीर तक सबसे मिले सबको जोड़ा सबको एक तरीके से एक नज़रिए से देखा तो मुझे ये चीज़ बहुत अच्छी लगी तभी मैंने सोच लिया था उस टाइम प्रेग्नेंट थी मैं तभी मैंने सोच लिया था कि मैं अपने बच्चे का नामकरण राहुल गांधी जी से करवाऊंगी तो कि तनु लगता है कि जेडी थोड़ी तो सोच है ये पूरी हो पाएगी उम्मीद तो मैम है कि राहुल गांधी जी इतना अच्छे काम कर रहे हैं ਤੋ ਮੇਰੇ ਬੇਟੇ ਦਾ ਨਾਮ ਕਰਨਵੀ ਕਰਨੇ ਉਹ ਜ਼ਰੂਰ ਪਹੁੰਚेंगे। ਨੀਹਾ ਜੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛੂੰਗੀ ਕਿ ਜਿੱਦਾਂ ਕਿ ਤੁਸੀਂ ਇੰਨੀ ਸਮਾਜ ਸੇਵਾ ਕਰਦੇ ਹੋ ਹਨ ਵੈਲੈਂਟਾਈਨ ਡੇ ਤੇ ਤੁਸੀਂ ਸ਼ਹੀਦਾਂ ਦਾ ਜਿਹੜਾ ਦਿਨ ਮਨਾਉਂਦੇ ਹੋ ਤੇ ਕਾਫੀ ਤੁਸੀਂ ਹੋਰ ਵੀ ਸੋਸ਼ਲ ਐਕਟੀਵਿਟੀ ਜਿਹੜੀਆਂ ਕਰਦੇ ਰਹਿੰਦੇ ਹੋ ਕਿ ਜਿਵੇਂ ਹੁਣ ਹਸਪੀਟਲ ਦਾ ਪ੍ਰਾਈਵੇਟ ਦਾ ਖਰਚਾ ਹੈ ਕਿ ਇਹਦਾ ਇਹਨੂੰ ਤੁਸੀਂ ਕਿੱਦਾਂ ਮੈਨੇਜ ਕੀਤਾ ਮੈਂ ਮੇਰੇ ਹਸਬੰਡ ਨੇ ਜੈਸੇ ਵੀ ਮੈਨੇਜ ਕੀਤਾ ਉਹ ਨੂੰ ਪਤਾ ਹੈ ਉਹਨਾਂ ਨੇ ਕੁਝ ਆਪਣੇ ਦੋਸਤੋਂ ਸੇ ਲਿਆ ਕੁਝ ਆਪਣੀ ਸੇਵਿੰਗ ਕਰ ਰੱਖੀ ਥੀ ਤੋ ਇਸ ਕਾਰਨ ਅਮਨੇ ਜੋ ਪੇਮੈਂਟ ਸੀ ਜੋ ਹਸਪੀਟਲ ਕੀ ਇਸ ਐਸੇ ਦੀ ਜਿਵੇਂ ਕਿ ਦੋਸਤੋ ਤੁਸੀਂ ਸੁਣਿਆ ਹੈ ਕਿ ਨੀਹਾ ਜਾਦਵ ਜੀ ਦਾ ਕੀ ਕਹਿਣਾ ਹੈ ਇੱਕ ਛੋਟੀ ਜੀ ਇੰਟਰਵਿਊ ਰਾਹੀਂ ਉਹਨਾਂ ਨੇ ਬਹੁਤ ਵੱਡੀ ਜਿਹੜੀ ਗੱਲ ਉਹ ਕਰ ਦਿੱਤੀ ਹੈ ਕਿ ਆਮ ਲੋਕ ਜਿਹੜੇ ਆ ਉਹ ਗੁਰਦੁਆਰੇ ਜਾਂ ਮੰਦਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਮ ਜਿਹੜੇ ਆ ਉਹ ਨਾਮਕਰਨ ਕਰਵਾਉਣ ਲਈ ਜਾਂਦੇ ਪਰ ਇਹਨਾਂ ਨੇ ਇੱਕ ਦੁਨੀਆ ਦੇ ਵਿੱਚ ਕਿ ਦੇਸ਼ ਦੇ ਵਿੱਚ ਹੀ ਇੱਕ ਇਹੋ ਜੀ ਮਿਸਾਲ ਕਾਇਮ ਕਰਤੀ ਹੈ ਕਿ ਇਹਨਾਂ ਨੇ ਇੱਕ ਰਾਹੁਲ ਗਾਂਧੀ ਜੀ ਕੋਲੋਂ ਆਪਣੇ ਬੱਚੇ ਦਾ ਨਾਮਕਰਨ ਜਿਹੜਾ ਕਰਵਾਉਣ ਦੀ ਫਰਮਾਇਸ਼ ਕੀਤੀ ਆ ਦੇਖਦੇ ਆ ਕਿ ਅੱਗੇ ਚੱਲ ਕੇ ਕਿ ਰਾਹੁਲ ਗਾਂਧੀ ਜੀ ਇਹਨਾਂ ਦੀ ਇੱਕ ਛੋਟੀ ਜੀ ਫਰਮਾਇਸ਼ ਆ ਜਿਹੜੀ ਇੱਕ ਪਰਿਵਾਰ ਦੀ ਉਹ ਪੂਰੀ ਕਰਦੇ ਆ ਜਾਂ ਨਹੀਂ ਇਹ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਰਾਹੁਲ ਗਾਂਧੀ ਜੀ ਨੇ ਇਹਨਾਂ ਦੀ ਇਸ ਗਰੀਬ ਪਰਿਵਾਰ ਦੀ ਜਿਹੜੀ ਹੈ ਮੰਗ ਪੂਰੀ ਕੀਤੀ ਜਾਂ ਨਹੀਂ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਤੋਂ ਮੈਂ ਸੁਖਵਿੰਦਰ ਕੌਰ ਕੈਮਰਾਮੈਨ ਰਕੇਸ਼ ਕੁਮਾਰ ਜੀ ਦੇ ਨਾਲ ਧੰਨਵਾਦ